ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼। ਮੈਂ ਹਾਂ ਤੁਹਾਡੇ ਨਾਲ ਅੰਸ਼ਲੀ। ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪੈਂਦੇ ਪਿੰਡ ਖਲਵਾੜੇ ਤੋਂ ਇੱਕ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਪਿੰਡ ਵਿੱਚ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉੱਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਸਰਪੰਚ ਆਗਿਆ ਪਾਲ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਪਿੰਡ ਵਿੱਚ ਕਿਸੇ ਪ੍ਰਵਾਸੀ ਮਜ਼ਦੂਰ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਪ੍ਰਕਾਸ਼ ਪੁੱਤਰ ਰੋਸ਼ਨ ਵਾਸੀ ਹਰਿਆਣਾ ਹਾਲ ਵਾਸੀ ਪਿੰਡ ਖਲਵਾੜਾ ਵਜੋਂ ਹੋਈ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਪਿਛਲੇ ਕੁਛ ਮਹੀਨਿਆਂ ਤੋਂ ਪਿੰਡ ਵਿੱਚ ਹੀ ਸਫਾਈ ਸੇਵਕ ਵਜੋਂ ਕੰਮ ਕਰਦਾ ਸੀ ਅਤੇ ਉਸ ਵੱਲੋਂ ਆਪਣੇ ਘਰ ਵਿੱਚ ਹੀ ਇਹ ਖੌਫਨਾਕ ਕਦਮ ਚੁੱਕਿਆ ਗਿਆ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਅਗਲੀ ਕਾਰਵਾਈ ਲਈ ਫਗਵਾੜਾ ਦੇ ਸਿਵਲ ਹਸਪਤਾਲ ਮੁਰਦਾ ਘਰ ਵਿਖੇ ਭੇਜ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ਼ਨ ਸ਼ਰਮਾ ਦੇ ਨਾਲ ਸ਼ਰਨ ਸਿੰਘ ਸੋਨੀ ਦੀ ਪਹੁੰਚ। ਮੇਰਾ ਨਾਮ ਆਗਿਆਪਾਲ ਸਿੰਘ ਜੀ। ਹਾਂਜੀ ਸਰ, ਕੀ ਮਾਮਲਾ ਕੀ ਹੈ? ਜਿਹੜਾ ਇੱਕ ਜੀ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦਾ ਸੀਗਾ ਪਿਛਲੇ ਕੁਛ 3 ਕੁ ਮਹੀਨੇ ਤੋਂ, ਅਤੇ ਸਵੇਰੇ ਇੱਧਰੋਂ ਕਾਲ ਗਈ ਆ ਕਿ ਇਹਨੇ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਲਈ ਆ ਫਾਹਾ ਲੈ ਕੇ। ਅਤੇ ਮੌਕੇ 'ਤੇ ਜਦੋਂ ਆ ਕੇ ਦੇਖਿਆ ਤਾਂ ਜੀਵਨ ਲੀਲਾ ਸਮਾਪਤ ਕੀਤੀ ਹੋਈ ਸੀ, ਅਤੇ ਉਸ ਮੌਕੇ 'ਤੇ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਔਰ ਪੁਲਿਸ ਜਿਹੜੀ ਅਗਲੀ ਕਾਰਵਾਈ ਉਹ ਕਰ ਰਹੀ। ਸਰ ਇਹ ਕਿੱਥੇ ਦੇ ਰਹਿਣ ਵਾਲਾ ਕੁਛ ਪਤਾ? ਇਹ ਹਾਲ ਵਾਸੀ ਮੇਰੇ ਖਿਆਲ ਹਰਿਆਣਾ ਜਾਂ ਰਾਜਸਥਾਨ ਦਾ ਦੱਸ ਰਿਹਾ। ਕੋਈ ਨਾਮ ਵਗੈਰਾ ਹੈ ਸਰ ਇਹਦਾ? ਨਾਮ ਇਹਦਾ ਪ੍ਰਕਾਸ਼ ਹੈ ਜੀ, ਸਨ ਆਫ ਸ਼੍ਰੀ ਸੋਹਣ। ਹਾਂਜੀ ਹਾਂਜੀ। ਅਤੇ ਫਾਹਾ ਲੈਣ ਦਾ ਕੋਈ ਕਾਰਨ ਸਾਹਮਣੇ ਆਇਆ? ਕਾਰਨ ਤਾਂ ਅਜੇ ਕੁਛ ਨਹੀਂ ਪਤਾ ਲੱਗਿਆ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ, ਬਾਕੀ ਜੋ ਆਈਡੈਂਟੀਫਾਈ ਕਰਨਗੇ ਪੁਲਿਸ ਵਾਲੇ। ਸਰ ਪੁਲਿਸ ਸੂਚਨਾ ਕੀਤੀ ਇਸ ਮਾਮਲੇ ਨੂੰ? ਬਿਲਕੁਲ ਬਿਲਕੁਲ, ਪੁਲਿਸ ਸੂਚਨਾ ਕੀਤੀ ਗਈ ਔਰ ਮੌਕੇ 'ਤੇ ਪੁਲਿਸ ਆਈ ਵੀ ਹੈ ਅਤੇ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਸਰ ਇਹ ਸ਼ਾਦੀਸ਼ੁਦਾ ਸੀਗਾ ਜੀ? ਸ਼ਾਦੀਸ਼ੁਦਾ ਹੈ ਜੀ। ਮੇਰਾ ਹਾਂਜੀ, ਮੇਰਾ ਨਾਮ ਇਸ ਜਸਵਿੰਦਰ ਸਿੰਘ। ਸਰ ਕੀ ਮਾਮਲਾ ਕੀ ਇੱਕ ਖਲਵਾੜੇ ਪਿੰਡ ਵਿੱਚ? ਸਾਨੂੰ ਸਵੇਰੇ ਫੋਨ ਗਿਆ ਸੀ ਇੱਥੋਂ ਸਰਪੰਚ ਦਾ ਆਗਿਆਪਾਲ ਸਿੰਘ ਦਾ ਕਿ ਇੱਕ ਇੱਥੇ ਕੋਈ ਪ੍ਰਵਾਸੀ ਰਹਿੰਦਾ ਸੀ ਜੋ ਸਫਾਈ ਸੇਵਕ ਦਾ ਕੰਮ ਕਰਦਾ ਸੀ ਇਹ ਪਿੰਡ ਵਿੱਚ ਹੀ, ਅਤੇ ਉਹਨੇ ਫਾਹਾ ਲੈ ਲਿਆ, ਸੁਸਾਈਡ ਕੀਤੀ ਆ। ਕੋਈ ਸਰ ਨਾਮ ਵਗੈਰਾ ਹੈ ਇਹ ਜਿਹੜਾ ਮ੍ਰਿਤਕ ਦਾ? ਹਾਂਜੀ, ਇਹਦਾ ਨਾਂ ਪ੍ਰਕਾਸ਼, ਸਨ ਆਫ ਰੋਸ਼ਨ, ਇਹ ਪਿੱਛੋਂ ਹਰਿਆਣੇ ਦਾ ਪਲਵਲ ਦਾ ਰਹਿਣ ਵਾਲਾ, ਇੱਥੇ ਰਹਿੰਦਾ ਸੀਗਾ ਕਾਫੀ ਚਿਰ ਤੋਂ ਅਤੇ ਗਲੀਆਂ ਨਾਲੀਆਂ ਸਫਾਈ ਸੇਵਕ ਦਾ ਕੰਮ ਕਰਦਾ। ਇਹ ਸ਼ਾਦੀਸ਼ੁਦਾ ਸਰ? ਹਾਂਜੀ ਸ਼ਾਦੀਸ਼ੁਦਾ ਜੀ। ਅਤੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਸਰ? ਫਿਲਹਾਲ ਕੋਈ ਕਾਰਨ ਨਹੀਂ ਸਾਹਮਣੇ ਆਇਆ, ਅਜੇ ਇਹਦੇ ਭਰਾ ਨੂੰ ਉਡੀਕ ਰਹੇ ਹਾਂ, ਲਾਸ਼ ਬੋਡੀ ਰਖਾ ਰਹੇ ਹਾਂ ਅਸੀਂ ਸਿਵਲ ਹਸਪਤਾਲ, ਜਦੋਂ ਇਹਦੇ ਪਰਿਵਾਰ ਆਉਣਗੇ ਜੋ ਵੀ ਬਿਆਨ ਲਿਖਾਉਣਗੇ ਉਹਨਾਂ ਦੇ ਮੁਤਾਬਕ ਤਫਤੀਸ਼ ਕੀਤੀ ਜਾਵੇਗੀ।